ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਨੂਰ ਤਵਨ ਮੋਤੀ ਸਰਕਾਰ ਨੇ ਨਵਾਂ ਲੇਬਰ ਕੋਡ ਬਣਾਇਆ ਜੁਲਾਈ ਤੋਂ ਇਹ ਨਵਾਂ ਲੇਬਰ ਕੋਡ ਲਾਗੂ ਹੋ ਸਕਦਾ ਹੈ ਜਿਸ ਦੇ ਨਾਲ ਕੰਮ ਕਰਨ ਦੇ ਘੰਟੇ ਤਨਖਾਹ ਪੀਐਫ ਹਰ ਇੱਕ ਦੇ ਵਿੱਚ ਬਦਲਾਅ ਹੋਏਗਾ ਛੁੱਟੀਆਂ ਦੇ ਵਿੱਚ ਵੀ ਬਦਲਾਅ ਹੋਏਗਾ ਇਹ ਮਾਲਕਾਂ ਲਈ ਔਰ ਮੁਲਾਜ਼ਮਾਂ ਲਈ ਦੋਨਾਂ ਲਈ ਹੀ ਫਾਇਦੇਮੰਦ ਸਾਬਿਤ ਹੋ ਸਕਦਾ ਜੇਕਰ 1 ਜੁਲਾਈ ਤੋਂ ਲਾਗੂ ਹੋ ਜਾਂਦਾ ਤਾਂ ਮੋਦੀ ਸਰਕਾਰ ਨੇ ਇੱਕ ਨਵਾਂ ਲੇਬਰ ਕੋਡ ਬਣਾਇਆ ਜਿਸ ਦੇ ਵਿੱਚ ਤੁਹਾਡੀਆਂ ਛੁੱਟੀਆਂ ਕਿਹੜੇ-ਕਿਹੜੇ ਦਿਨ ਤੁਸੀਂ ਲੈਣੀਆਂ ਨੇ ਇਹਦੇ ਵਿੱਚ ਵੀ ਬਦਲਾਵ ਹੋਏਗਾ ਕੰਮ ਕਰਨ ਦੇ ਘੰਟਿਆਂ ਦੇ ਵਿੱਚ ਬਦਲਾਵ ਹੋਏਗਾ ਤਨਖਾਹ ਵੀ ਵੱਧ ਸਕਦੀ ਔਰ ਪੀਐਫ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ 1 ਜੁਲਾਈ ਤੋਂ ਇਹ ਨਵੇਂ ਨਿਯਮ ਲਾਗੂ ਹੋ ਸਕਦੇ ਨੇ ਮੋਦੀ ਸਰਕਾਰ ਨੇ ਪੂਰੀ ਤਿਆਰੀ ਖਿੱਚ ਲਈ ਹੈ ਕਿ ਕਿਸ ਤਰੀਕੇ ਦੇ ਨਾਲ ਨਵਾਂ ਲੇਬਰ ਕੋਡ ਜਾਰੀ ਕਰਨਾ ਹੈ ਤਾਂ ਮੋਦੀ ਸਰਕਾਰ ਨੇ ਨਵਾਂ ਲੇਬਰ ਕੋਡ ਜਾਰੀ ਕੀਤਾ ਹੈ ਹੁਣ ਕੰਮ ਕਰਨ ਦੇ ਘੰਟੇ 12 ਹੋਣਗੇ ਤਾਂ 12 ਘੰਟੇ ਕੰਮ ਕਰਨਾ ਪਵੇਗਾ ਪਰ ਇਸ ਦੇ ਨਾਲ ਹੀ ਜਿਹੜੀ ਤੁਸੀਂ ਵੀਕ ਆਫ ਲੈਂਦੇ ਹੋ ਵੀਕ ਆਫ ਦੋ ਦਿਨਾਂ ਦਾ ਹੋ ਜਾਏਗਾ ਤਾਂ 1 ਜੁਲਾਈ ਤੋਂ ਇਹ ਨਵਾਂ ਲੇਬਰ ਕੋਡ ਜਾਰੀ ਹੋ ਸਕਦਾ ਹੈ ਤੇ 1 ਜੁਲਾਈ ਤੋਂ ਲਾਗੂ ਹੋਏਗਾ ਇਹ ਨਵਾਂ ਲੇਬਰ ਕੋਡ ਤੁਹਾਡੀ ਤਨਖਾਹ ਬਦਲ ਜਾਏਗੀ ਪੀਐਫ ਔਰ ਕੰਮ ਕਰਨ ਦੇ ਘੰਟੇ ਵੀ ਬਦਲ ਜਾਣਗੇ ਤਾਂ ਨੌਕਰੀ ਪੇਸ਼ਾ ਲੋਕਾਂ ਲਈ ਇਹ ਵੱਡੀ ਖਬਰ ਹੈ 1 ਜੁਲਾਈ ਤੋਂ ਨੌਕਰੀ ਨਾਲ ਜੁੜੇ ਨਿਯਮਾਂਵ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਫੈਂਟਸਟਿਕ ਜਿਕੇ ਕਰ ਮੋਦੀ ਸਰਕਾਰ 1 ਜੁਲਾਈ ਨੂੰ ਨਵਾਂ ਲੇਬਰ ਕੋਡ ਲਾਗੂ ਕਰਦੀ ਹੈ ਤਾਂ ਤਨਖਾਹ ਦੇ ਢਾਂਚੇ ਪੀਐਫ ਕੰਟਰੀਬਿਊਸ਼ਨ ਕੰਮ ਦੇ ਘੰਟੇ ਅਤੇ ਛੁੱਟੀ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਵੇਗਾ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਦੇ ਨਾਲ ਤੁਹਾਡੀ ਟੇਕ ਹੋਮ ਸੈਲਰੀ ਕੱਟ ਜਾਵੇਗੀ ਇਸ ਲੇਬਰ ਕੋਡ ਦੇ ਨਾਲ ਤੁਹਾਡੀ ਤਨਖਾਹ ਦੇ ਢਾਂਚੇ ਨੂੰ ਬਦਲ ਦਿੱਤਾ ਜਾਵੇਗਾ ਨਵੇਂ ਨਿਯਮ ਮੁਤਾਬਕ ਤੁਹਾਡੀ ਬੇਸਿਕ ਸੈਲਰੀ ਤੁਹਾਡੀ ਮਾਸਿਕ ਸੈਲਰੀ ਦਾ ਘੱਟੋ ਘੱਟ 50% ਦੀ ਹੋਣੀ ਚਾਹੀਦੀ ਹੈ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਤੁਹਾਡੀ ਟੇਕ ਹੋਮ ਸੈਲਰੀ ਘਟ ਜਾਂਦੀ ਹੈ ਤਾਂ ਪੀਅਰ ਤੇ ਗ੍ਰੈਚਿਟੀ ਵਧੇਗੀ ਕਿਉਂਕਿ ਇਸ ਦੇ ਵਿੱਚ ਯੋਗਦਾਨ ਵੀ ਹੋਵੇਗਾ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਕੰਮ ਦੇ ਘੰਟਿਆਂ ਤੇ ਵੀਕ ਆਫ ਦੇ ਵਿੱਚ ਵੀ ਬਦਲਾਅ ਹੋਵੇਗਾ ਨਵੇਂ ਨਿਯਮ ਚ ਕੰਮ ਦਾ ਸਮਾਂ 12 ਘੰਟੇ ਦਾ ਪ੍ਰਸਤਾਵ ਹੈ ਇਸ ਦੇ ਨਾਲ ਹੀ ਵੀਕ ਆਫ ਨੂੰ 48 ਘੰਟੇ ਤੈਅ ਕਰਨ ਦੀ ਗੱਲ ਕੀਤੀ ਗਈ ਹੈ ਮਤਲਬ ਜੇਕਰ ਤੁਸੀਂ ਦਿਨ ਚ 12 ਘੰਟੇ ਕੰਮ ਕਰਦੇ ਹੋ ਤਾਂ 4 ਦਿਨ ਕੰਮ ਕਰਨ ਤੋਂ ਬਾਅਦ ਤੁਹਾਨੂੰ 3 ਦਿਨ ਦੀ ਛੁੱਟੀ ਮਿਲੇਗੀ ਔਰ ਓਵਰਟਾਈਮ ਦੇ 50 ਦੇ ਘੰਟੇ 50 ਤੋਂ ਵਧਾ ਕੇ 125 ਘੰਟੇ ਕਰ ਦਿੱਤੇ ਗਏ ਨੇ ਮਤਲਬ ਜੇਕਰ ਤੁਸੀਂ ਵੀਕੈਂਡਸ ਕੰਮ ਕਰਦੇ ਹੋ ਤਾਂ ਤੁਸੀਂ ਵਾਧੂ ਪੈਸੇ ਵੀ ਕਮਾ ਸਕਦੇ ਹੋ ਇਸ ਤੋਂ ਇਲਾਵਾ ਨਵੇਂ ਨਿਯਮ ਚ ਮੁਲਾਜ਼ਮ ਨੂੰ ਛੁੱਟੀ ਦੇ ਯੋਗ ਹੋਣ ਲਈ ਹੁਣ 240 ਦਿਨਾਂ ਦੇ ਬਜਾਏ 180 ਦਿਨ ਕੰਮ ਕਰਨਾ ਪਵੇਗਾ ਨਾਲ ਹੀ ਨਵੇਂ ਨਿਯਮ ਚ ਮੁਲਾਜ਼ਮਾਂ ਦੀ ਛੁੱਟੀ ਪਹਿਲੇ ਵਾਂਗ ਹੀ ਰੱਖੀ ਗਈ ਹੈ ਇਹਨਾਂ ਹੀ ਨਹੀਂ ਨਵੇਂ ਲੇਬਰ ਰੂਲs ਹਰ ਸਾਲ ਦੇ ਅੰਤ ਛੁੱਟੀਆਂ ਦਾ ਇਨ ਕੈਸ਼ਮੈਂਟ ਕੀਤਾ ਜਾ ਸਕੇਗਾ ਨਵਾਂ ਪੇ ਕੋਡ ਨਜ਼ਮਾ ਨੂੰ ਲੈ ਚਾਰ 13 300 ਛੁੱਟੀਆਂ ਤੱਕ ਤਤਨਕ ਪੁਤਾਨ ਕਰਨ ਦੀ ਇਜਾਜ਼ਤ ਦੇਵੇਗਾ ਯਾਨੀ ਕਿ ਪੇ ਡੀ ਲੀਵਜ਼ ਵੀ ਤੁਹਾਨੂੰ ਵਾਧੂ ਮਿਲਣਗੀਆਂ ਔਰ ਜੇਕਰ ਤੁਸੀਂ ਵੀਕਐਂਡ ਤੇ ਕੰਮ ਕਰਦੇ ਹੋ ਤਾਂ ਉਸਦੇ ਵੀ ਵੱਧ ਪੈਸੇ ਤੁਹਾਨੂੰ ਮਿਲਣਗੇ ਤਾਂ ਇਹ ਨਵਾਂ ਲੇਬਰ ਕੋਡ ਜੇਕਰ 1 ਜੁਲਾਈ ਤੋਂ ਲਾਗੂ ਹੁੰਦਾ ਹੈ ਤਾਂ ਫਾਇਦੇਮੰਦ ਸਾਬਤ ਹੋ ਸਕਦਾ ਹੈ ਮਾਲਕਾ ਲਈ ਵੀ ਔਰ ਮੁਲਾਜ਼ਮਾ ਲਈ ਵੀ ਤਾਂ ਪੂਰੀ ਤਿਆਰੀ ਮੋਦੀ ਸਰਕਾਰ ਨੇ ਕੀਤੀ ਹੈ ਨਵਾਂ ਲੇਬਰ ਕੋਡ ਲਾਗੂ ਕਰਨ ਦੀ ਤਾਂ ਮੋਦੀ ਸਰਕਾਰ ਦੇ ਨਵੇਂ ਹੁਕਮ 1 ਜੁਲਾਈ ਤੋਂ ਲਾਗੂ ਹੋ ਸਕਦਾ ਹੈ ਨਵਾਂ ਲੇਬਰ ਕੋਡ ਤਾਂ 12 ਘੰਟੇ ਤੁਹਾਨੂੰ ਕੰਮ ਕਰਨਾ ਪਵੇਗਾ ਜੇਕਰ ਤੁਸੀਂ 4 ਦਿਨ 12 ਘੰਟੇ ਕੰਮ ਕਰਦੇ ਹੋ ਤਾਂ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ 3 ਦਿਨ ਛੁੱਟੀ ਵੀ ਦਿੱਤੀ ਜਾਵੇਗੀ। ਔਰ ਨਵੇਂ ਲੇਬਰ ਕੋਡ ਦੇ ਵਿੱਚ ਬਹੁਤ ਖਾਸ ਗੱਲਾਂ ਨੇ ਤੁਹਾਡੀ ਤਨਖਾਹ ਵੀ ਵਧ ਸਕਦੀ ਹੈ। ਵੀਕਐਂਡ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਵੀਕਐਂਡ ਦੇ ਵੀ ਵਧ ਪੈਸੇ ਮਿਲਣਗੇ। ਓਵਰਟਾਈਮ ਦੇ ਵੀ ਤੁਹਾਨੂੰ ਵਧ ਪੈਸੇ ਮਿਲਣਗੇ ਔਰ ਨਵੇਂ ਪੇ ਕੋਡ ਲਈ ਤੁਹਾਨੂੰ ਪੇਡ ਲੀਵਜ਼ ਵੀ ਵਧ ਮਿਲਣਗੀਆਂ। ਤਨਖਾਹ ਕٹےਗੀ ਪੀਐਫ ਤੇ ਗੱਟਤੀ ਵਧੇਗੀ। ਨਵੇਂ ਲੇਬਰ ਕੋਡ ਦੇ ਲਾਗੂ ਹੋਣ ਦੇ ਨਾਲ ਤੁਹਾਡੀ ਟੇਕ ਹੋਮ ਸੈਲਰੀ ਵੀ ਕੱਟ ਜਾਏਗੀ 4 ਦਿਨ ਕੰਮ ਔਰ ਉਸੇ ਨਾਲ ਤੁਹਾਨੂੰ ਛੁੱਟੀ ਵੀ ਮਿਲੇਗੀ ਤਾਂ ਲਗਾਤਾਰ ਨਵੇਂ ਨਿਯਮ ਜਾਰੀ ਕਰ ਰਹੀ ਹੈ ਮੋਦੀ ਸਰਕਾਰ ਔਰ ਹੁਣ ਲਾਜ਼ਮਾ ਨੂੰ ਲੈ ਕੇ ਨੌਕਰੀ ਪੇਸ਼ ਲੋਕਾਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਤੁਹਾਡੇ ਕੰਮ ਕਰਨ ਦੇ ਧਨ ਤੇ ਤਾਂਚੇ ਦੇ ਵਿੱਚ ਬਦਲਾਅ ਹੋਏਗਾ ਤੁਸੀਂ ਕਿੰਨੇ ਦਿਨ ਕੰਮ ਕਰਦੇ ਹੋ ਕਿੰਨੇ ਦਿਨ ਤੁਹਾਨੂੰ ਛੁੱਟੀਆਂ ਮਿਲਣਗੀਆਂ ਤੁਹਾਡੀ ਤਨਖਾਹ ਕਿਸ ਹਿਸਾਬ ਨਾਲ ਹੋਏਗੀ ਵੀਕਐਂਡ ਤੇ ਕੰਮ ਕਰਨ ਦੇ ਕੀ ਫਾਇਦੇ ਹੋਣਗੇ ਇਹ ਸਾਰੇ ਨਵੇਂ ਲੇਬਰ ਕੋਡ ਦੇ ਵਿੱਚ ਇਹ ਚੀਜ਼ਾਂ ਲਾਗੂ ਹੋ ਜਾਣਗੀਆਂ ਤਾਂ ਨਵੇਂ ਹੁਕਮ ਮੋਦੀ ਸਰਕਾਰ ਨੇ ਜਾਰੀ ਕੀਤੇ ਨੇ 1 ਜੁਲਾਈ ਤੋਂ ਜੇਕਰ ਲਾਗੂ ਹੋਣਗੇ ਤਾਂ ਬਹੁਤ ਫਾਇਦਾ ਹੋ ਸਕਦਾ ਹੈ ਮਾਲਕਾਂ ਨੂੰ ਵੀ ਔਰ ਮੁਲਾਜ਼ਮਾਂ ਨੂੰ ਵੀ ਤਾਂ ਤੁਹਾਨੂੰ ਦੱਸਦੇ ਕਿ 12 ਘੰਟੇ ਕੰਮ ਕਰਨਾ ਪਵੇਗਾ ਤੇ ਤੁਹਾਡੀ ਹੋਮ ਸੈਲਰੀ ਤੁਹਾਡੀ ਕੱਟ ਜਾਏਗੀ ਤੁਹਾਡੀ ਬੇਸਿਕ ਸੈਲਰੀ ਤੁਹਾਡੀ ਮਾਸਿਕ ਸੈਲਰੀ ਦਾ ਘੱਟੋ-ਘੱਟ 50% ਹੋਣੀ ਚਾਹੀਦੀ ਹੈ ਕੰਮ ਦੇ ਘੰਟਿਆਂ ਤੇ ਵੀਕ ਆਫ ਦੇ ਵਿੱਚ ਵੀ ਬਦਲਾਵ ਹੋਵੇਗਾ ਜਿਹੜੇ ਪ੍ਰਾਈਵੇਟ ਨੌਕਰੀ ਕਰਦੇ ਨੇ ਉਹਨਾਂ ਨੂੰ ਵੀਕ ਆਫ ਮਿਲਦਾ ਹੈ ਤਾਂ ਕੰਮ ਦੇ ਘੰਟਿਆਂ ਦੇ ਵਿੱਚ ਔਰ ਵੀਕ ਆਫ ਦੇ ਵਿੱਚ ਬਦਲਾਵ ਕੀਤਾ ਜਾਵੇਗਾ 12 ਘੰਟੇ ਕੰਮ ਕਰਨ ਦਾ ਪ੍ਰਸਤਾਵ ਹੈ ਵੀਕ ਆਫ ਨੂੰ ਵਧਾਣ ਦੀ ਗੱਲ ਕੀਤੀ ਗਈ ਹੈ ਮਤਲਬ ਜੇਕਰ ਤੁਸੀਂ 12 ਘੰਟੇ ਕੰਮ ਕਰਦੇ ਹੋ ਤਾਂ ਤੁਸੀਂ 4 ਦਿਨ ਅ ਕੰਮ ਕਰੋਗੇ ਤਾਂ ਤੁਹਾਨੂੰ ਛੁੱਟੀਆਂ ਵੀ ਵਧ ਮਿਲਣਗੀਆਂ ਓਵਰਟਾਈਮ ਦੇ ਘੰਟੇ 50 ਤੋਂ ਵਧਾ ਕੇ 125 ਘੰਟੇ ਕਰ ਦਿੱਤੇ ਗਏ ਨੇ ਯਾਨੀ ਕਿ ਤੁਸੀਂ ਜੇਕਰ ਓਵਰਟਾਈਮ ਕਰਨਾ ਚਾਹੁੰਦੇ ਹੋ ਵਧ ਟਾਈਮ ਲਈ ਕੰਮ ਕਰਨਾ ਚਾਹੁੰਦੇ ਹੋ ਆਫਿਸ ਦੇ ਵਿੱਚ ਤਾਂ ਤੁਸੀਂ ਹੁਣ ਵਧ ਟਾਈਮ ਲਈ ਕੰਮ ਕਰਦੇ ਹੋ ਤਾਂ ਪੈਸੇ ਵੀ ਤੁਹਾਨੂੰ ਵਧ ਮਿਲਣਗੇ ਛੁੱਟੀ ਪਹਿਲੇ ਵਾਂਗ ਹੀ ਰੱਖੀ ਗਈ ਹੈ ਨਵੇਂ ਲੇਬਰ ਰੂਲ ਚ ਹਰ ਸਾਲ ਦੇ ਅੰਤ ਛੁੱਟੀਆਂ ਦਾ ਇਨਕੈਸ਼ਮੈਂਟ ਕੀਤਾ ਜਾ ਸਕੇਗਾ ਤਾਂ ਵੱਡੀ ਖਬਰ ਇਸ ਵੇਲੇ ਦੀ 1 ਜੁਲਾਈ ਤੋਂ ਯਾਨੀ ਕਿ ਕੁਝ ਹੀ ਦਿਨ ਦੇ ਵਿੱਚ ਲਾਗੂ ਹੋ ਸਕਦਾ ਹੈ ਨਵਾਂ ਲੇਬਰ ਕੋਡ اور ਤੁਹਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਪੂਰੀ ਤਰ੍ਹਾਂ ਬਦਲਾ ਲੈ ਆਏਗਾ